हाँ जी प्यार परी सत श्री अकाल जी सारयां नूं की हाल चाल है जी। सत श्री अकाल जी सारयां नूं। अज चले हां जी असीं मामा जी दी लड़की दे पिंड। बहुत चिर तों कहा उन्होंने साडे घर भी आए हो, अज असीं उत्थे चले हां। अज इहदा ब्याह होया सी साडे आया ते अज असीं उहनां दे चले हां। असीं तां उहदा बहुत वारी आए हां, उहनां दा न्याणे पहली वारी चले आ। हाँ जी सत श्री अकाल जी सारयां नूं की हाल चाल। अज असीं चले वन डे नवीं जगह ते, असीं पहाड़ां चले आ, नाले घूमी घूमी हो जाऊगी, नाले बांडा हो जाऊगा। ते साढ़े आने तो पहला मैरिज हुई सी मामा जी दी लड़की दी, ते असीं मैरिज तां नहीं अटेंड कीती, पर अज उहदे ससुराल घर असीं जा रहे मिलण वास्ते। किन्नी वारी फोन आया कि भाभी जी आओ, ते असीं जा रहे हां। कहिंदे उधरला एरिया बहुत वधिया, मम्मी हुणी कहिंदे पहाड़ां वल जा रहे हां, ते नाल नाल ब्लॉग बनाउंदे जाणा असीं, ਤੁਹਾਨੂੰ ਦਿਖਾਉਂਦੇ ਜਾਣਾ ਅਸੀਂ ਰਸਤਾ। ਤੇ ਆ ਜਾਓ ਸਾਰੇ ਚੱਲੀਏ ਫਿਰ ਆਪਾਂ ਬਾਂਡੇ। ਓਕੇ ਹੁਣ ਜਾ ਕਿੱਥੇ ਚੱਲਣਾ? ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਮੇਰਾ ਹੈਂਡ ਬਿਜ਼ੀ ਆ, ਇੱਕ ਨਾਲ ਕਰ ਦੇ ਸਤਿ ਸ੍ਰੀ ਅਕਾਲ। ਹੁਣ ਅਸੀਂ ਤੇਲ ਪਾਉਣ ਲੱਗੇ ਹਾਂ, ਤੇਲ ਖਤਮ ਹੋ ਗਿਆ ਚਾਚੂ ਦੀ ਗੱਡੀ ਦਾ। ਚਾਚੂ ਦਾ ਮੁੱਕ ਗਿਆ, ਅੱਜ ਅਸੀਂ ਡਰਾਈਵਰ ਚੇਂਜ ਕਰ ਲਿਆ ਆਪਣਾ। ਇਹ ਹੈਗਾ ਜੀ ਪੀਟਾ, ਦੀਪੂ ਦਾ ਛੋਟਾ ਬ੍ਰਦਰ। ਦੀਪੂ ਦਾ ਛੋਟਾ ਬ੍ਰਦਰ ਹੈ ਜੀ, ਛੋਟਾ ਭਰਾ ਹੈ। ਇਹ ਡਰਾਈਵਿੰਗ ਬਹੁਤ ਵਧੀਆ ਕਰਦਾ, ਮੈਨੂੰ ਹਜੇ ਔਖਾ ਲੱਗਦਾ ਡਰਾਈਵ ਕਰਨਾ ਇੱਥੇ, ਕਿਉਂਕਿ ਲੈਫਟ ਤੇ ਰਾਈਟ ਦਾ ਫਰਕ ਪੈ ਜਾਂਦਾ, ਉਧਰ ਰਾਈਟ ਚੱਲਦੇ ਆ ਇਧਰ ਲੈਫਟ ਚੱਲਦੇ ਆ। ਹੋਰ ਚਲੋ ਦਿਖਾਉਂਦੇ ਤੁਹਾਨੂੰ ਅਗਲਾ ਵੀ ਜਿਹੜੀ ਕੀ ਆਉਂਦੀ ਹੈ, ਕੀ ਆਉਂਦੀ ਸਾਰੀ ਵੀਡੀਓ ਬਣਾਵਾਂਗੇ ਹਿਮਾਚਲ ਦੀ ਲੋਕੇਸ਼ਨ ਕੀ ਆਉਂਦੀ ਅੱਗੇ। ਹਾਂਜੀ ਦੇਖੋ ਜੀ ਪਹਿਲੀ ਚੜ੍ਹਾਈ ਚੜ੍ਹਨ ਲੱਗੇ ਆ ਜੀ ਪਹਾੜਾਂ ਦੀ। ਬਈ ਰੋਡ ਤਾਂ ਸੋਹਣਾ ਬਣਿਆ ਯਾਰ, ਰੋਡ ਬਹੁਤ ਵਧੀਆ ਹੈ, ਖੁੱਲਾ ਹੋ ਗਿਆ ਅੱਗੇ ਨਾਲ। ਹਨੂੰਮਾਨ ਦੀ ਮੂਰਤੀ ਵੀ ਆਉਣੀ ਹੁੰਦੀ ਨਾ? ਡੈਮ ਜਿਹਦੇ ਕੋਲ ਵਿੱਚ ਬੈਠਾ ਤਾਂ ਹੈਗਾ। ਦੂਜਾ ਲੰਗਰ ਸਦਾ ਹੀ ਜਾਂਦਾ, ਕਹਿੰਦੇ ਭਰ ਸਿਆਲ ਚ ਵੀ ਕਿੰਨੇ ਸੋਹਣੇ ਲੱਗਦੇ। ਸਾਡੇ ਜੀ ਬਚਪਨ ਦੀਆਂ ਯਾਦਾਂ, ਅਸੀਂ ਖਾਂਦੇ ਹੁੰਦੇ ਸੀਗੇ ਸੰਤਰੇ ਦੀਆਂ ਗੋਲੀਆਂ। ਕਸ਼ੀ ਦਿਖਾ ਇੱਧਰ, ਅਸੀਂ ਕਿਹਾ ਕਸ਼ੀ ਸ਼ੁਣਾ ਨੂੰ ਵੀ ਜ਼ਰੂਰ ਦਿਖਾਈਆਂ ਜਾਣ, ਸਾਡੀਆਂ ਬਹੁਤ ਮਨਪਸੰਦ ਹੁੰਦੀਆਂ ਸੀ, ਰੰਗ ਬਿਰੰਗੀਆਂ ਗੋਲੀਆਂ ਅਸੀਂ ਖਾਂਦੇ ਹੁੰਦੇ ਸੀਗੇ। ਕਿਹੜੇ ਬੜੇ ਪੱਪਾ ਨੇ ਉਹ ਪੁੱਤੇ, ਇਹ ਪਿੰਡ ਦੀਆਂ ਉਹ ਜੀ। ਅਸੀਂ ਫਾਈਨਲੀ ਗਏ ਪਹੁੰਚ ਮਾੜੀਆ ਫੜੀਆ, ਫਾਈਨਲੀ ਉਹ ਕਹਿੰਦੇ ਨੇ ਉਹ ਚਾਟ ਰਹੇ ਬਾਬੇ ਦੀ ਚੜਾਈਆਂ। ਓਹੋ ਆ ਗਏ ਲੋ ਜੀ, ਡੈਸਟੀਨੇਸ਼ਨ ਤੇ ਪਹੁੰਚ ਗਏ ਆ। ਉਹ ਪ੍ਰਾਹੁਣਾ ਸਾਹਿਬ ਦੇਖਦੇ ਸਾਨੂੰ ਲੁਕ ਲੁਕ ਕੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਹ ਦੇਖੋ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ, ਛੋਟਾ ਜਿਹਾ ਅੰਬ ਵਾ, ਤੈਨੂੰ ਅੰਬੀਆਂ ਕਿੰਨੀਆਂ ਲੱਗੀਆਂ ਆ।
ਵਧੀਆ ਪਲੇਸ ਆ ਯਾਰ, ਪਹਾੜਾਂ ਦੇ ਵਿੱਚ ਸੋਹਣਾ ਘਰ ਬਣਿਆ ਆ। ਉਹ ਪ੍ਰਾਹੁਣੇ ਬੈਠੇ ਆ, ਆ ਸਾਡੀ ਦੀਨਾ, ਇਹ ਫਾਤਾ ਹੈ ਜੀ। ਨਾਲੇ ਬੱਚਾ ਬੜਿਆ ਦੇਖੋ ਜੀ ਕੁੜੀ ਸਾਡੀ ਕਿੱਦਾਂ ਸੇਵਾ ਕਰਨ ਤੇ ਹੋਈ ਆ। ਤੁਸੀਂ ਵੀ ਖਾ ਲਓ ਸਾਰੇ ਜਣੇ, ਆ ਜਾਓ ਜੀ। ਕੰਮ ਲਾਤਾ ਸੀ ਜਿਹਨੂੰ ਆ ਕੇ ਗਰਮੀ ਵਿੱਚ, ਸਾਡੀ ਮਸੀਹ ਕੋਣੀ ਆਈ ਹੈ ਜੀ। ਸਹੀ ਗੱਲ ਆ, ਅਸੀਂ ਤਾਂ ਫਸਟ ਟਾਈਮ ਆਏ ਹਾਂ ਅੱਜ। ਸਾਡੀ ਰਿੰਨਾ ਲੱਗੀ ਆ ਜੀ ਰੋਟੀ ਬਣਾਉਣ, ਫਿਰ ਕੀ ਹੋਇਆ ਕਿਚਨ ਵਿੱਚ ਭਾਂਡੇ ਤਾਂ ਮੇਨ ਚੀਜ਼ ਹੁੰਦੀ ਆ, ਰੋਟੀ ਕੱਚ ਖਾਣੀ ਆ। ਨਹੀਂ ਨਹੀਂ ਕਿਚਨ ਵਿੱਚ ਹੁੰਦਾ ਹੀ ਇਹ ਕੁਛ ਹੈ, ਭਾਂਡੇ ਤੋਂ ਬਿਨਾਂ ਥੋੜਾ ਨਾ ਕਿਚਨ ਹੁੰਦੀ ਆ। ਇੰਨੀ ਧੁੱਪ ਵਿੱਚ ਅਸੀਂ ਇਹਨਾਂ ਨੂੰ ਹੁਣ ਕੰਮ ਲਾ ਦਿੱਤਾ ਆ, ਸਾਨੂੰ ਥੋੜ੍ਹੀ ਜਲਦੀ ਆ ਜਾਣ ਦੀ, ਹੈ ਨਾ ਰੀਨਾ। ਚਲੋ ਅਸੀਂ ਆ ਗਏ ਜੀ ਉੱਥੇ ਵਾਪਸ ਰੀਨਾ ਦੇ ਘਰੋਂ। ਰਸਤੇ ਵਿੱਚ ਆਉਂਦੇ ਇੱਕ ਪਲੇਸ ਸੀਗੀ, ਉੱਥੇ ਅਸੀਂ ਰੁਕ ਗਏ। ਗਰਮੀ ਆ ਥੋੜ੍ਹੀ, ਪਰ ਗਾਰਡਨ ਬੜਾ ਵਧੀਆ ਬਣਿਆ ਸੀ। ਅਸੀਂ ਕਿਹਾ ਚਲੋ ਥੋੜ੍ਹਾ ਜਿਹਾ ਘੁੰਮ ਲਈਏ, ਨਾਲੇ ਤੁਹਾਨੂੰ ਘੁੰਮਾ ਦੇਈਏ। ਸ਼ਾਮ ਹਾਂਜੀ ਆ ਜਾਓ, ਲਓ ਬੈਠੋ ਕੁਰਸੀਆਂ ਤੇ, ਝੂਟੇ ਮਾਟੇ ਕਰੋ ਇੱਥੇ। ਨਹੀਂ ਨਹੀਂ ਆਹ ਥੱਲੇ ਬੰਦਾ ਬੈਠਾ ਜਿਹੜਾ ਖਿੱਚਦਾ, ਉਹ ਵੀ ਚੰਗੀ ਤਰ੍ਹਾਂ ਧਕਾਉਣਾ ਖਿੱਚਦਾ ਨਾ ਖੜੀ ਨਾਲ। ਬਹੁਤ ਸੋਹਣਾ ਗ੍ਰੀਨ ਗ੍ਰੀਨ ਹੈ ਇੱਥੇ ਸਾਰਾ, ਬੜਿਆ ਪਾਣੀ ਹੈ ਲਾਇਆ ਉਹਨਾਂ ਨੇ ਲਾਇਆ ਉੱਧਰ ਦਿਖਾ ਸਕੂਟਰ ਜਾ। ਕੋਈ ਨੀ ਸੁੱਤਾ ਨਹੀਂ ਉੱਠਦਾ, ਤੂੰ ਬਹਿ ਜਾ। ਚੱਲ ਟਾਇਰ ਤੇ ਬੈਠ, ਉਹਨੇ ਉਲਟਾ ਖੜਾ ਹੋਣਾ।
ਇੱਥੇ ਸਹੀ ਆ ਚਲੋ ਚਲੋ ਪਹੁੰਚ ਗਏ ਫਲ ਪਾਏ ਨਾ ਜੋ ਥੱਲੇ ਬਲੌਜ ਪਾਣੀ ਬੱਚਾ ਦੇਖੀ ਪੈਣ ਨੂੰ ਦੌੜ ਗਈ ਅਸੀਂ ਗੱਲਾਂ ਪੇ ਚੱਲ ਰਹੀਆਂ ਉਹ ਗੱਲਾਂ